ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਵੀਪੀ ਸਿੰਘ ਗਿੱਲ ਪੇਜ ਤੋਂ ਲਾਈਵ। ਅਸੀਂ ਇਸ ਵੇਲੇ UK ਦੀ ਇੱਕ ਸੁਪਰ ਮਾਰਕੀਟ ਹੈ ਜਿਹੜੀ, ਉਸ ਦੇ ਵਿੱਚ ਮੌਜੂਦ ਹਾਂ। ਅਤੇ ਪਿਛਲੇ ਦਿਨਾਂ ਤੋਂ, 2-3 ਦਿਨਾਂ ਤੋਂ ਲਗਾਤਾਰ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਆਗਾਹ ਕਰ ਰਹੀ ਸੀ ਕਿ ਕੋਰੋਨਾ ਵਾਇਰਸ ਦੇ ਕੇਸ ਜਿਹੜੇ ਆ ਉਹ ਲਗਾਤਾਰ ਵਧਣੇ ਸ਼ੁਰੂ ਹੋਏ ਵਾ। ਅਤੇ ਸਾਨੂੰ ਇਸ ਵਕਤ ਕ੍ਰਿਸਮਿਸ ਦੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਪੈਣਾ। ਪਰ ਲੋਕਾਂ ਨੇ ਇਸ ਵਕਤ, ਕਿਉਂਕਿ ਕੋਰੋਨਾ ਵਾਇਰਸ ਨੂੰ ਲੋਕ ਭੁੱਲ ਚੁੱਕੇ ਸੀ, ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸੀ ਕਿ ਕੋਰੋਨਾ ਵਾਇਰਸ ਜਾ ਚੁੱਕਾ, ਪਰ ਕੋਰੋਨਾ ਵਾਇਰਸ ਇੱਕ ਨਵੇਂ ਰੂਪ ਦੇ ਵਿੱਚ UK ਦੇ ਵਿੱਚ ਦੇਖਣ ਦੇ ਸਾਹਮਣੇ ਆ ਰਿਹਾ। ਸਾਇੰਸਦਾਨ ਜਿਹੜੇ ਨੇ ਲੰਡਨ ਅੰਪੀਰੀਅਰ ਕਾਲਜ ਦੇ, ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਿਛਲੇ ਵਾਇਰਸ ਦੇ ਨਾਲੋਂ ਇਹ ਵਾਇਰਸ ਆ ਜਿਹੜਾ ਉਹ 70% ਤੇਜ਼ੀ ਦੇ ਨਾਲ ਫੈਲ ਰਿਹਾ। ਅਤੇ ਜਿਹੜੀ ਗਿਣਤੀ 18 ਜਾਂ 15 ਤਰੀਕ ਦੇ ਨੇੜੇ, 25,000, 20,000 ਜਾਂ 15,000 ਦੇ ਨੇੜੇ ਸੀ, ਅੱਜ ਜਿਸਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, 35,564 ਮਰੀਜ਼ ਜਿਹੜੇ ਕੋਰੋਨਾ ਵਾਇਰਸ ਦੇ UK ਦੇ ਵਿੱਚ ਹੁਣ ਤੱਕ ਸਾਹਮਣੇ ਆ ਚੁੱਕੇ ਆ। ਅਤੇ UK ਦੇ ਵਿੱਚ ਇਸ ਵੇਲੇ ਟਾਈਮ ਆ ਜਿਹੜਾ ਉਹ 2:00 ਦਾ ਆ। ਕੱਲ੍ਹ ਪਿਛਲਾ ਇਸ ਜਿਹੜਾ ਸੋਮਵਾਰ ਨਿਕਲ ਕੇ ਗਿਆ, ਉਸ ਤੋਂ ਪਹਿਲਾਂ ਕੱਲ੍ਹ ਦੀ ਸਾਰੀ ਦਿਹਾੜੀ ਜਿਹੜੀ ਆ ਉਹਦੇ ਵਿੱਚ ਫਰਾਂਸ ਬਾਰਡਰ ਆ ਜਿਹੜਾ ਡੋਵਰ ਆ ਉਹਦੇ ਉੱਤੇ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। M20 ਮੋਟਰਵੇ ਜਿਹੜਾ ਡੋਵਰ ਦੇ ਨਾਲ ਜੋੜਦਾ ਆ ਪੂਰੇ UK ਨੂੰ, ਉਸਦੇ ਉੱਤੇ ਦੋਨੇ ਪਾਸੇ ਜਿਹੜੀਆਂ ਲਾਈਨਾਂ ਲੰਬੀਆਂ ਲੱਗੀਆਂ ਰਹੀਆਂ। ਇੱਥੇ ਤੱਕ ਹੀ ਸੀ ਕਿ ਮੋਟਰਵੇ ਬਿਲਕੁਲ ਟੋਟਲ ਜਾਮ ਹੋ ਚੁੱਕਾ ਸੀ। ਫਿਰ ਪੁਲਿਸ ਨੇ ਜਾ ਕੇ ਮੋਟਰਵੇ ਦੇ ਵਿੱਚ 4 ਲਾਈਨਾਂ ਹੋਣ ਦੇ ਬਾਵਜੂਦ 2-2 ਲਾਈਨਾਂ ਦੇ ਪਾਸੇ ਜਿਹੜਾ ਜਾਂ ਗੱਭੇ ਸੜਕ ਜਿਹੜੀ ਉਹ ਇੱਕ ਸਾਫ਼ ਕਰਾਈ, ਟਰੱਕਾਂ ਨੂੰ ਜਿਹੜਾ ਦੋਨਾਂ ਪਾਸਿਆਂ 'ਤੇ ਲਗਵਾਇਆ ਗਿਆ। ਹੁਣ ਵੀ ਜਿਸਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤਕਰੀਬਨ 700 ਟਰੱਕ ਹੈ ਜਿਹੜਾ ਉਹ M20 ਉੱਤੇ ਖੜ੍ਹਾ, ਅਤੇ 800 ਟਰੱਕ ਇਸ ਵੇਲੇ ਪਾਰਕਾਂ ਦੇ ਵਿੱਚ ਮੌਜੂਦ ਆ। ਐਤਵਾਰ ਨੂੰ ਕੋਰੋਨਾ ਵਾਇਰਸ ਵਧਣ ਕਰਕੇ ਫਰਾਂਸ ਨੇ ਆਪਣੇ ਬਾਰਡਰ ਜਿਹੜੇ ਆ 48 ਆਵਰ 48 ਘੰਟਿਆਂ ਦੇ ਲਈ ਬੰਦ ਕਰ ਦਿੱਤੇ ਸੀ। ਉਸ ਤੋਂ ਬਾਅਦ ਹੀ ਜਿਹੜੇ ਰੋਜ਼ ਆਵਾਜਾਈ ਆ, ਅਤੇ ਆਵਾਜਾਈ ਥੋੜ੍ਹੀ ਨਹੀਂ, 10,000 ਟਰੱਕ ਰੋਜ਼ ਦਾ ਉੱਧਰੋਂ ਇੱਧਰ ਅਤੇ ਉੱਧਰੋਂ ਉੱਧਰ ਜਾਂਦਾ, ਰੋਜ਼ ਦੀ ਰੋਜ਼ ਜਿਹੜਾ ਸਮਾਨ ਦੀ ਢੋਆ ਢੁਆਈ ਆ, ਫਲਾਂ ਸਬਜ਼ੀਆਂ ਜਿਹੜੀਆਂ ਉਹ ਸਾਰੀਆਂ ਉੱਧਰੋਂ ਆਉਂਦੀਆਂ। ਇਸੇ ਕਰਕੇ ਹੀ ਜਿਹੜਾ ਬਾਰਡਰ ਬੰਦ ਹੋਣ ਦੇ ਨਾਲ UK ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਇਹ ਖੌਫ ਪੈਦਾ ਹੋ ਗਿਆ ਕਿ ਕਿਤੇ ਜਿਹੜਾ ਸਮਾਨ ਆ ਕੋਈ ਮੁੱਕਣ ਨਾ ਲੱਭ ਪਵੇ। ਲੋਕ ਜਿਹੜੇ ਆ ਲਗਾਤਾਰ ਹੁਣ ਸੁਪਰ ਮਾਰਕੀਟਾਂ ਵਿੱਚ ਵੀ ਵੱਧ ਰਿਹਾ ਲੋਕਾਂ ਦੇ ਰਸ਼, ਅਤੇ ਆਪਦੀ ਨਾਲ ਸਰਕਾਰ ਹੈ ਜਿਹੜੀ ਉਹ ਇਸ ਵਕਤ ਬਹੁਤ ਜ਼ਿਆਦਾ ਚਿੰਤਤ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਰੋਨਾ ਵਾਇਰਸ ਨੂੰ ਰੋਕਿਆ ਜਾਵੇ। ਲੰਡਨ ਦੇ ਵਿੱਚ ਜਿਹੜਾ ਉਹ ਲੋਕਡਾਊਨ ਦੀ ਸਥਿਤੀ ਆ, ਪੂਰੇ ਜਿਹੜੇ ਸਾਇੰਸਦਾਨ ਆ ਜਿਹੜੇ ਸਰਕਾਰ ਨੂੰ ਸਲਾਹ ਦਿੰਦੇ ਆ, ਬੋਰਿਸ ਜੌਨਸਨ ਨੂੰ ਉਹਨਾਂ ਦੀ ਅੱਜ ਦੀ ਸਲਾਹ ਆ, ਦੀ ਗਾਰਡੀਅਨ ਦੇ ਵਿੱਚ ਖਬਰ ਲੱਗੀ ਆ ਕਿ ਉਹਨਾਂ ਨੇ ਕਹਿਤਾ ਆ ਕਿ ਨੈਸ਼ਨਲ ਲੋਕਡਾਊਨ ਸਾਨੂੰ ਲਾਉਣਾ ਚਾਹੀਦਾ ਆ ਇਸ ਵਕਤ ਜੇ ਅਸੀਂ ਕੋਰੋਨਾ ਵਾਇਰਸ ਨੂੰ ਰੋਕਣਾ ਆ। ਕਿਉਂਕਿ ਨਾਲ ਦੀ ਨਾਲ ਇਹ ਵੀ ਖਬਰ ਕੱਲ੍ਹ ਆ ਗਈ ਸੀ ਕਿ ਜੇ ਕਿਸੇ ਨੇ ਲੰਡਨ ਜਿਹੜਾ ਆ ਉਹ ਇੱਕ ਵੱਖ ਜਿਹੜਾ ਦੇਖਦੇ ਹਾਂ ਆਪਾਂ, ਇੰਗਲੈਂਡ ਬ੍ਰਿਟਿਸ਼ ਆ ਜਿਹੜਾ ਆਪਾਂ ਦੇਖਦੇ ਹਾਂ, ਬ੍ਰਿਟੇਨ ਦੇ ਵਿੱਚ ਵੱਖ ਵੱਖ ਸਟੇਟਾਂ, ਵੈਸਟ ਮਿਡਲੈਂਡ, ਈਸਟ ਮਿਡਲੈਂਡ ਹੋ ਗਿਆ, ਲੰਡਨ ਇੱਧਰ ਹੋ ਗਿਆ, ਅਤੇ ਨਾਲ ਸਕੋਟਲੈਂਡ ਹੋ ਗਿਆ। ਜੇ ਕੋਈ ਵਿਅਕਤੀ ਵੈਸਟ ਈਸਟ ਮਿਡਲੈਂਡ ਵੈਸਟ ਮਿਡਲੈਂਡ ਦੇ ਵਿੱਚ ਜਾਂ ਵੇਲਸ ਦੇ ਵਿੱਚ ਕਿਸੇ ਵੀ ਹੋਰ ਮਤਲਬ ਇੰਗਲੈਂਡ ਤੋਂ ਜੇ ਕਹਿ ਲਓ ਇੱਧਰੋਂ ਜਾਂਦਾ ਆ, ਉਹਨੂੰ ਆਪਣੇ ਘਰ ਦੇ ਵਿੱਚ ਦੱਸਦੇ ਰਹਿਣਾ ਪਵੇਗਾ। ਸੋ ਲੋਕਾਂ ਨੇ ਬਿਲਕੁਲ ਸੀਰੀਅਸ ਲੈਣਾ ਬੰਦ ਕੀਤਾ ਸੀ ਜਦੋਂ UK ਦੇ ਉੱਥੇ ਲੰਡਨ ਦੇ ਵਿੱਚ ਲੋਕਡਾਊਨ ਹੋਇਆ, ਅਤੇ ਇੱਕ ਵਾਰੀ ਲੋਕਾਂ ਦੇ ਵਿੱਚ ਭਗਦੜ ਮੱਚ ਗਈ ਕਿ ਕਿਸੇ ਤਰ੍ਹਾਂ ਲੰਡਨ ਛੱਡ ਕੇ ਆਪਾਂ ਭੱਜ ਜਾਈਏ। ਪਰ ਕੋਰੋਨਾ ਵਾਇਰਸ ਤੋਂ ਭੱਜਿਆਂ ਜਾਨ ਨਹੀਂ ਛੁੱਟਣੀ ਮਿੱਤਰੋ। ਕੋਰੋਨਾ ਵਾਇਰਸ ਕਿੱਥੇ ਇਹਨਾਂ ਦਿਨਾਂ ਦੇ ਵਿੱਚ ਹੀ ਪਿਛਲੇ ਸਾਲ ਚਾਈਨਾ ਦੇ ਵਿੱਚ ਸੀ, ਅਤੇ ਕਿੱਥੇ ਆ ਕੇ ਫਰਵਰੀ ਤੱਕ ਆਉਂਦਿਆਂ ਆਉਂਦਿਆਂ ਇਟਲੀ ਤੋਂ ਬਾਅਦ UK ਦੇ ਵਿੱਚ ਆ ਗਿਆ ਸੀ। ਹੁਣ ਜਿਹੜਾ ਕੋਰੋਨਾ ਵਾਇਰਸ ਆ ਉਹ ਸਿਰਫ ਇੱਕ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਆ, ਕੋਰੋਨਾ ਵਾਇਰਸ ਦਾ ਹੀ ਨਵਾਂ ਰੂਪ ਆ। ਬਿਓਨਟੈਕ ਜਿਹੜੀ ਕੰਪਨੀ ਆ ਜਿਹਨੇ ਵੈਕਸੀਨ ਬਣਾਈ ਆ, ਉਹਨਾਂ ਨੇ ਵੀ ਐਲਾਨ ਕੀਤਾ ਕਿ ਸਾਨੂੰ ਆਸ ਆ ਕਿ ਸਾਡੀ ਵੈਕਸੀਨ ਨਵੇਂ ਵਾਇਰਸ ਉੱਤੇ ਜਿਹੜੀ ਉਹ ਕੰਮ ਕਰੇਗੀ। ਮਤਲਬ ਉਹਨਾਂ ਨੂੰ ਆਸ ਆ ਕਿ ਵਾਇਰਸ ਜਿਹੜਾ ਨਵਾਂ ਵਾਇਰਸ ਆ ਉਹ ਪੁਰਾਣੇ ਵਾਇਰਸ ਨਾਲੋਂ ਬਹੁਤ ਜਿਹੜਾ ਤੀਖਣਤਾ ਦੇ ਨਾਲ ਅਤੇ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ। ਸੋ
लंडन दे विच जिहड़े लोग वसदे आ जां पूरे यूके दे विच आ, एक बार फिर अपने आप नूं उस पुराने ढांचे दे विच ढालना पवेगा। लॉकडाउन जिहड़ा लंघण लगण दी पूरी तरह आस आ कि लॉकडाउन नैशनल तौर पर पूरे च लग सकदा। ते एक होर गल, ये पिछले वायरस के दौरान जिहड़ा सीगा उहदे आपां खबरां तुहानूं दिंदे रहे कि वायरस जिहड़ा बच्चों के नहीं फैलता, पर यह नवा वायरस है जिहड़ा उहदे विच हुणे खबर आई आ कि यह बच्चों के भी फैल सकता। सो बच्चों नूं भी इहदी मार जिहड़ी पै रही आ। 35,000 व्यक्ति यूके दे विच 2 बजे आ हुण तक करोना वायरस तो अफेक्टड हो चुके आ, बहुत तेजी नाल फैलता होने करके 40 कंट्रियां ने वक्-वक् देशां ने जिहड़ा यूके दे बॉर्डर जिहड़े इक तरह दे नाल फ्लाइटां ते यूरोप ने सारे ने रेल रोड जिहड़ियां जां जहाज सारियां सरां दी आवाजाई जिहड़ी आ उह बंद कर दित्ती आ। इंडिया ने भी फ्लाइटां बंद कर दित्तियां। सो इह सारी जिहड़ी रिपोर्ट आ। सत श्री अकाल जी, जसविंदर सिंह जी कह रहे, सत श्री अकाल जी। नोटेड डाउन बलवीर कौर जी कह रहे आ जी। दसण दा जिहड़ा मकसद इह आ कि पैनिक नालों दिमाग वरतण दी लोड़ आ। जिहड़ा सुपर मार्केट दे विच मैं खड़ा बिल्कुल भरी पई आ, चलो जिहड़ा करोना इस वेले क्रिसमस दा टाइम आ, पर जिस तरह आपां पिछे वेख्या सी कि लॉकडाउन तो पहलां लोक टुट के पै गए सी कि पता नहीं अगे की हो जाणा, पर करोना वायरस दे दौरान भी सारा कुछ जिहड़ा उह मिलदा रहा सी, तो हुण भी उदां ही मिलदा रहना। डरन दी लोड़ नहीं, पर इस वायरस तो बचण दी लोड़ है एक वारी फिर, क्योंकि ये वायरस हुण चाइना तो नहीं लंडन यूके दे विच्चों ये जिहड़ा एक वारी फिर जिहड़ा फैलण जा रहा जां फैल रहा। सरकार दी पूरी कोशिश आ किसी तरह इहनूं रोकिया जावे तां जो पूरे जिहड़ा यूके दे विच उस तों बाद ना होर जिहड़ियां देशां दे विच फैले। रिपोर्टां कुछ ये भी ने कि जिहड़ियां फ्रांस ने अपने बॉर्डर तां बंद कीते 48 आवर्स दे लई, क्योंकि ऐतवार नूं ही उत्थे जा के कुछ लोग जिहड़े करोना वायरस तों पीड़ित पाए गए सी, क्योंकि बॉर्डर दे उत्ते बहुत वड्डी पद्धर ते आवाजाई जिहड़ी आ फ्रांस दे नाल आ। सो इसे करके M20 मोटरवे तों लै के सारियां पार्कां जिहड़ियां उत्थे भरियां पईआं। सो इस वीडियो नूं वध तों वध शेयर करके अपने सज्जणां मित्रां जां जिहड़े इंग्लैंड दे विच रहिंदे आ उहनां नूं दस्सण दी लोड़ आ कि बाहरों कोई भी समान लै के आउंदे आ तां उहनूं साफ करना पैणा, हत्थ तुहानूं चंगी तरह जिहड़े फिर तों धोणे पैणगे, ते अपने दिमाग दे विच इह गल भुल जाणी होवेगी कि करोना वायरस जा चुका। करोना वायरस दे मुड़ के केस यूके च वधने शुरू होए ते इहदी मार बच्चों तक जिहड़ी पै रही आ। सो इह सारी रिपोर्ट आ अपनी जिहड़ी अगे तों अगे तुहानूं इहदे नाल जानकारी जरूर जिहड़ी इस बाबत अगे तों वी दिंदे रहांगे। सति श्री अकाल जी।